हेलो एवरीवन वेलकम टू द चैनल स्टडी विद पूजा सो ਆਪ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਟੈਰੀਡੋਫਾਈਟਸ ਦੇ ਬਾਰੇ ਇਹਨਾਂ ਦੇ ਯੂਸੇਸ ਇਹਨਾਂ ਦੇ ਰਿਪਰੋਡਕਸ਼ਨ ਦੇ ਬਾਰੇ ਗੱਲ ਕਰਾਂਗੇ ਔਰ ਲਾਈਫ ਸਾਈਕਲ ਦੇ ਬਾਰੇ ਅਲੱਗ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਹੈਪਲੌਨਟਿਕ ਡਿਪਲੌਨਟਿਕ ਲਾਈਫ ਸਾਈਕਲ ਕਰਾਂਗੇ ਉਹਦੇ ਵਿੱਚ ਇਹਦੇ ਬਾਰੇ ਡਿਸਕਸ ਕਰਾਂਗੇ ਸੋ ਟੈਰੀਡੋਫਾਈਟਸ ਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਆ ਜਾਂਦੇ ਹੈਗਾ ਮਾਸਟਰ ਕੈਡਰ ਦੇ ਐਗਜ਼ਾਮ ਦੇ ਵਿੱਚ ਈਜ਼ੀ ਹੁੰਦੀ ਹੈ ਕੁਝ ਜ਼ਿਆਦਾ ਮੁਸ਼ਕਿਲ ਨਹੀਂ ਆ ਔਰ ਇਸ ਚੈਪਟਰ ਦੇ ਵਿੱਚੋਂ ਮਿਲਾ ਕੇ 3-4 ਕੁਐਸਚਨ ਬਣ ਜਾਂਦੇ ਹੈਗੇ ਆ ਸਾਰੇ ਦੇ ਪੂਰੇ ਐਨੀਮਲ ਸੋਰੀ ਪਲੈਂਟ ਕਿੰਗਡਮ ਨੂੰ ਮਿਲਾ ਕੇ ਸੋਪਕ ਬੋ ਫਿਰ ਹਾਲ ਕਰਦੀ ਹਾਂ ਟੈਰੀਡੋਫਾਈਟਸ ਦੇ ਬਾਰੇ ਟੈਰੀਡੋਫਾਈਟਸ ਜਿਹੜੀ ਹੁੰਦੀਆਂ ਹੁਣ ਜਿੱਦਾਂ ਬ੍ਰਾਇਓਫਾਈਟਸ ਜਿਹੜੇ ਸੀ ਠੀਕ ਹੈ ਉਹ ਉਹਨਾਂ ਦੀ ਥੋੜੀ ਗ੍ਰੋਥ ਤੋਂ ਬਾਅਦ ਜਿਹੜੇ ਹੈਗੇ ਉਹ ਮੋਡੀਫਾਈ ਹੋਏ ਟੈਰੀਡੋਫਾਈਟਸ ਦੇ ਵਿੱਚ ਹੁਣ ਜਿਹੜੇ ਬ੍ਰਾਇਓਫਾਈਟਸ ਵਗੈਰਾ ਸੀ ਉਹਨਾਂ ਦੇ ਵਿੱਚ ਸੀਡਸ ਉਹ ਘੈਰ ਨਹੀਂ ਸੀ ਬਟ ਜਿਹੜੇ ਟੈਰੀਡੋਫਾਈਟਸ ਹੁੰਦੇ ਆ ਇਹਨਾਂ ਦੇ ਵਿੱਚ ਕੁਛ ਹਦੇ ਤੱਕ ਇਦਾਂ ਦਾ ਸਟਰਕਚਰ ਹੁੰਦਾ ਆ ਜ਼ਿਆਦਾਤਰ ਇਹਨਾਂ ਦੇ ਵਿੱਚ ਜਿਹੜੀ ਸਟੈਮ ਵਗੈਰਾ ਹੁੰਦੀ ਹੈਗੀ ਉਹ ਟ੍ਰੂ ਸਟੈਮ ਰੂਟਸ ਵਗੈਰਾ ਜਿਹੜੀਆਂ ਉਹ ਪਿਅਰ ਹੋ ਜਾਂਦੀਆਂ ਹੈਗੀਆਂ ਠੀਕ ਹੈ ਸੋ ਅਲੱਗ-ਅਲੱਗ ਹੈਗੇ ਟੈਰੀਡੋਫਾਈਟਸ ਇਹਨਾਂ ਦੀ ਕਲਾਸੀਫਿਕੇਸ਼ਨ ਹੈਗੀ ਆ ਇਹਨਾਂ ਦੇ ਬਾਰੇ ਸਟਾਰਟ ਕਰਦੇ ਹੈਗੀਆਂ ਸਭ ਤੋਂ ਪਹਿਲੇ ਟੈਰੀਡੋਫਾਈਟਸ ਦੇ ਵਿੱਚ ਜ਼ਿਆਦਾਤਰ ਅਸੀਂ ਫਰਨਸ ਦੀ ਗੱਲ ਕਰਦੇ ਆ ਸੋ ਟੈਰੀਡੋਫਾਈਟਸ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਕੀ ਹੁੰਦਾ ਆ ਪ੍ਰੋਪਰ ਵਾਸਕੂਲਰ ਸਿਸਟਮ ਵਾਸਕੂਲਰ ਸਿਸਟਮ ਹੁੰਦਾ ਮਤਲਬ ਵਾਸਕੂਲਰ ਟਿਸ਼ੂਜ਼ ਹੁੰਦੇ ਹੈਗੇ ਆ ਠੀਕ ਹੈ ਵਾਸਕੂਲਰ ਟਿਸ਼ੂ ਕੀ ਹੁੰਦੇ ਆ ਜ਼ਾਈਲਮ ਐਂਡ ਫਲੂਇਮ ਪ੍ਰੈਜ਼ੈਂਟ ਹੁੰਦੀ ਆ ਇਹਨਾਂ ਦੇ ਵਿੱਚ ਠੀਕ ਹੈ ਸੋ ਰੂਟ ਵੀ ਆ ਸਟੈਮਸ ਔਰ ਲੀਵਸ ਪ੍ਰੈਜ਼ੈਂਟ ਹੁੰਦੀਆਂ ਜਿੱਦਾਂ ਕਿ ਆਪਾਂ ਦੇਖ ਸਕਦੇ ਆ ਇਸ ਫਿਗਰ ਦੇ ਵਿੱਚ ਕਿ ਨੀਚੇ ਰੂਟਸ ਬਣੀਆਂ ਹੋਈਆਂ ਠੀਕ ਹੈ ਰਾਈਜ਼ੋਮਸ ਹੈਗਿਆ ਸਟੈਮ ਬਣੀ ਹੋਈ ਆ ਲੀਵਸ ਗਰੋ ਕੀਤੀਆਂ ਹੋਈਆਂ ਇਹਨਾਂ ਦੇ ਵਿੱਚ ਲੀਵਸ ਦੀ ਜਿਹੜੀ ਸ਼ੇਪ ਹੈਗੀ ਉਹ ਕਈ ਤਰ੍ਹਾਂ ਦੀ ਹੋ ਸਕਦੀ ਆ ਜ਼ਿਆਦਾਤਰ ਜਿਹੜੇ ਟੈਰੀਡੋਫਾਈਟਸ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀਆਂ ਲੀਵਸ ਆ ਉਹ ਪਤਲੀਆਂ ਹ ਇਟ ਆ ਰੈਸਟ੍ਰੀਅਲ ਪਲਾਂਟ ਹੈ ਮਤਲਬ ਜ਼ਮੀਨ ਤੇ ਪਾਈ ਜਾਂਦੇ ਆ ਇਹ ਸਭ ਤੋਂ ਪਹਿਲੇ ਜਿਹੜਾ ਬਰਾਓਫਾਈਟ ਸੀ ਉਹ ਤਾਂ ਐਮਫੀਬੀਅਨ ਆਫ ਪਲਾਂਟ ਕਿੰਗਡਮ ਉਹਨਾਂ ਨੂੰ ਕਹਿੰਦੇ ਕਿਉਂਕਿ ਉਹ ਲੈਂਡ অর ਵਾਟਰ ਦੋਨਾਂ ਚ ਸਰਵਾਈਵ ਕਰ ਸਕਦੀ ਹੈਗੀਆ ਸੋ ਇਹ ਜਸਟ ਲੈਂਡ ਦੇ ਉੱਤੇ ਹੀ ਗਰੋ ਕਰਦੀ ਆ ਠੀਕ ਹੈ ਸਪੋਰ ਪ੍ਰੋਡਿਊਸਿੰਗ ਨੇ ਸਪੋਰਸ ਬੰਦੀਆਂ ਹੈਗੀਆਂ ਇਹਨਾਂ ਦੇ ਵਿੱਚ ਦਾ ਕਿ ਰਿਪਰੋਡਕਸ਼ਨ ਹੋ ਸਕੇ ਇਹ ਕ੍ਰਿਪਟੋਗੇਮਿਕ ਅ ਕ੍ਰਿਪਟੋਗੇਮਸ ਹੈ ਗਿਆ ਠੀਕ ਹੈ ਪਰ ਦੋ ਤਰ੍ਹਾਂ ਨੇ ਪੜੇ ਸੀ ਕ੍ਰਿਪਟੋਗੇਮਸ ਔਰ ਫੈਨਰੋਗੇਮਸ ਕ੍ਰਿਪਟੋਗੇਮਸ ਜਿਨ੍ਹਾਂ ਚ ਸੀਡਸ ਨਹੀਂ ਹੁੰਦੀਆਂ ਜਿੱਦਾਂ ਉਹਨੇ ਜ਼ਿਮਨੋਸਪਰਮ ਔਰ ਐਂਡੀਓਸਪਰਮਾ ਉਹਨਾਂ ਦੇ ਵਿੱਚ ਸੀਡਸ ਪ੍ਰੈਜ਼ੈਂਟ ਹੁੰਦੀਆਂ ਆ ਇਹਨਾਂ ਚ ਸੀਡਸ ਨਹੀਂ ਹੁੰਦੀਆਂ ਫਿਰ ਹੈ ਕਿ ਵਾਸਕੂਲਰ ਪlant ਹੈਗਾ ਇਹ ਜਿੱਦਾਂ ਆਪਾਂ ਪਹਿਲੇ ਕਰਕੇ ਹਟਿਆ ਕਿ ਇਹਨਾਂ ਦੇ ਵਿੱਚ ਜ਼ਾਲਮ ਫਲੋਇੰਗ ਪ੍ਰੈਜ਼ੈਂਟ ਹੁੰਦਾ ਜ਼ਾਲਮ ਫਲੋਇੰਗ ਟਿਸ਼ੂਜ਼ ਇਕੱਠੇ ਉਣ ਕਰਕੇ ਸੀ ਉਹਨਾਂ ਨੂੰ ਵਾਸਕੂਲਰ ਪਲਾਂਟ ਬੋਲ ਦਿੰਨੀ ਹੈਗੀਆਂ ਠੀਕ ਹੈ ਬਟ ਜਿੱਦਾਂ ਕਿ ਹੁਣ ਜ਼ਾਈਲਮ ਫਲੋਇਮਾ ਜ਼ਾਈਲਮ ਦਾ ਕੀ ਫੰਕਸ਼ਨ ਹੁੰਦਾ ওয়াਟਰ অর ਨਿਊਟਰੀਐਂਟਸ ਨੂੰ ਟ੍ਰਾਂਸਪੋਰਟ ਕਰਨਾ ਪਲਾਂਟ ਤੱਕ অর ਫਲੋਇਮ ਦਾ ਕੀ ਫੰਕਸ਼ਨ ਹੁੰਦਾ ਕਿ ਜਿਹੜਾ ਫੂਡ ਪ੍ਰਿਪੇਅਰ ਹੋਇਆ ਪਲਾਂਟ ਦੇ ਵਿੱਚ ਸਾਰੇ ਪਾਰਟਸ ਤੱਕ ਪਹੁੰਚਾਣਾ ਹੁਣ ਜਿਹੜਾ ਜ਼ਾਈਲਮ ਹੈ ਜ਼ਾਈਲਮ ਦੇ ਵਿੱਚ ਕੀ ਹੁੰਦਾ ਹੈ ਟ੍ਰੂ ਵੈਸਲਸ ਉਹ ਨਹੀਂ ਪ੍ਰੈਜ਼ੈਂਟ ਹੁੰਦੀਆਂ ਠੀਕ ਹੈ ਜ਼ਾਇਲਮ ਫੋਰ ਟਾਈਪਸ ਦੇ ਟਿਸ਼ੂਸ ਦੇ ਨਾਲ ਮਿਲ ਕੇ ਬਣਦਾ ਆ ਉਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਵੈਸਲਸ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਔਰ ਜਿਹੜੇ ਫਲੂਇਮ ਸੈਲਸ ਹੁੰਦੀਆਂ ਫਲੂਇਮ ਸੈਲਸ ਦੇ ਵਿੱਚ ਕੰਪੈਨੀਅਨ ਸੈਲਸ ਔਰ ਸੀਵ ਟਿਊਬਸ ਜਿਹੜੀਆਂ ਉਹ ਐਬਸੈਂਟ ਹੁੰਦੀਆਂ ਵਾਂ ਠੀਕ ਹੈ ਉਹ ਨਹੀਂ ਪ੍ਰੈਜ਼ੈਂਟ ਹੁੰਦੀਆਂ ਇਹ ਵੀ ਫੋਰ ਟਾਈਪਸ ਦੇ ਸੈਲਸ ਨਾਲ ਮਿਲ ਕੇ ਬਣਦਾ ਹੈ ਇਹ ਵੀ ਫੋਰ ਟਾਈਪਸ ਦੇ ਸੈਲਸ ਨਾਲ ਮਿਲ ਕੇ ਬਣਦਾ ਇਹਨਾਂ 'ਚ ਟਰੂ ਵੈਸਲਸ ਨਹੀਂ ਹੁੰਦੀਆਂ ਇਹਨਾਂ 'ਚ ਕੰਪੈਨੀਅਨ ਸੈਲਸ ਫੋਰ ਸੀਵ ਟਿਊਬਸ ਐਬਸੈਂਟ ਹੁੰਦੀਆਂ ਵਾਂ ਬਟ ਸੀਵ ਸੈ ਫਲੂਮ ਦੇ ਵਿੱਚ ਅੱਗੇ ਹੈ ਕਿ ਪlant ਬੋਡੀ ਕਿ ਐਸਪੋਰੋਫਾਈਟਿਕ ਹੈ ਆਪਾਂ ਕਹਾਂਗੇ ਕਿ ਸਪੋਰਸ ਪ੍ਰੋਡਿਊਸ ਕਰਦੀ ਹੈ ਸੋ ਇਸਪੋਰੋਫਾਈਟਿਕ ਹੈ ਡਿਫਰੈਂਸ਼ੀਏਟ ਇਨਟੂ ਟੂ ਸਟੈਮ ਰੂਟ ਐਂਡ ਲੀव्स ਕਿ ਇਹਨਾਂ ਦੇ ਆਪਣੀ ਰੂਟਸ ਪ੍ਰੋਪਰ ਰੂਟਸ ਹੁੰਦੇ ਪ੍ਰੋਪਰੀ ਸਟੈਮਸ অর ਲੀਫ ਵਰਗਾ ਸਟਰਕਚਰ ਹੁੰਦਾ ਜਿੱਦਾਂ ਕਿ ਬ੍ਰਾਇਓਫਾਈਟਸ ਦੇ ਵਿੱਚ ਤਾਂ ਇਦਾਂ ਨਹੀਂ ਸੀ ਨਾ ਦਿਖਾਈ ਦਿੰਦਾ ਸੀ ਕਿ ਇਦਾਂ ਦਾ ਹੋ ਸਕਦਾ ਰੂਟਸ ਵਰਗਾ ਸਟਰਕਚਰ ਬਣ ਜਾਂਦਾ ਹੀ ਲੀव्स ਵਰਗਾ ਸਟਰਕਚਰ ਸੀ ਬਟ ਪ੍ਰੋਪਰ ਲੀव्स ਨਹੀਂ ਸੀ ਇਹਦੇ ਵਿੱਚ ਟਰੂ ਰੂਟਸ ਟਰੂ ਸਟੈਮ ਐਂਡ ਟਰੂ ਲੀव्स ਪ੍ਰੈਜ਼ੈਂਟ ਹੁੰਦੀਆਂ ਨੇ ਨੈਕਸਟ ਦੇ ਕੁਝ ਜਨਰ ਜਨਰਲ ਕੈਰੈਕਟਰਸ ਚ ਮਿਲ ਲਿਆ ਜਾਂਦਾ ਆ ਕਿ ਮੋਸਟਲੀ ਟੈਰੇਸਟਰੀਅਲ ਹੈਗੇ ਪਹਿਲੇ ਤਾਂ ਆਪਾਂ ਇਹ ਕਰ ਚੁੱਕੇ ਹਾਂ ਟੈਰੇਸਟਰੀਅਲ ਹੁੰਦੇ ਕਿ ਇਸ ਏਰੀਆ ਚ ਗਰੋ ਕਰਦੇ ਆ ਮoiست ਸ਼ੈਡੀ ਪਲੇਸਿਸ ਦੇ ਵਿੱਚ ਗਰੋ ਕਰਦੇ ਆ ਜਿੱਥੇ ਕਿ ਵਾਟਰ ਵਗੈਰਾ ਹੋਏ ਮoiست ਮਤਲਬ ਹੁੰਦਾ ਜਿਹੜਾ ਏਰੀਆ ਉੱਥੇ ਪ੍ਰੈਜ਼ੈਂਟ ਹੁੰਦੀ ਆ ਇਹ ਕਿ ਹੈਗੀ ਹੈਰਬੀਸ਼ੀਅਸ ਹੈਗੀ ਆ ਰੀਅਲੀ ਕਲਾਈਮਬਰ ਕੁਛ ਅਧ ਤੱਕ ਕੀ ਕਲਾਈਮਰ ਹੁੰਦੀ ਆ ਜਿਹੜੇ ਕਿ ਜਿਨ੍ਹਾਂ ਦੀ ਸਟੈਮਿੰ ਨਹੀਂ ਸਟਰੋਂਗ ਨਹੀਂ ਹੁੰਦੀ ਇਸ ਕਰਕੇ ਉਹਨਾਂ ਨੂੰ ਕਿਸੇ ਦੂਸਰੀ ਪਲਾਂਟ ਦਾ ਜਾਂ ਕਿਸੇ ਹੋਰ 파ਟ ਦਾ ਸਹਾਰਾ ਲੈਣਾ ਪੈਂਦਾ ਅ ਗਰੋ ਕਰਨ ਦੇ ਲਈ ਉੱਪਰ ਚੜਨ ਵਾਸਤੇ ਠੀਕ ਹੈ ਸੋ ਅ ਰੀਅਰਲੀ ਕਲਾਈਮਰ ਬਹੁਤ ਹੀ ਘਾਟੀ ਹੁੰਦੀ ਆ ਜਿਹੜੇ ਕਲਾਈਮਰ ਆਦਰਵਾਈਜ਼ ਇਹਨਾਂ ਦੀ ਆਪਣੀ ਸਟੈਮ ਜਿਹੜੀ ਹੈਗੀ ਉਹ ਹੀ ਇਹਨਾਂ ਦੇ ਲਈ ਕਾਫੀ ਹੈਲਪਫੁਲ ਹੁੰਦੀ ਆ ਫਿਰ ਹੈ ਕਿ ਮੇਨ ਪਲਾਂਟ ਬੋਡੀ ਸਪੋਰੋਫਾਈਟਿਕ ਹੁੰਦੀ ਹੈਗੀ ਸਪੋਰੋਫਾਈਟਿਕ ਫਾਰਮ ਚ ਹੈ ਨੈਕਸਟ ਕਿ ਸਟੈਮ ਮੇਬੀ 에ਰੀਅਲ ਔਰ ਰਾਈਜ਼ੋਮੀਆ ਅ ਰਾਈਜ਼ੋਮੇਟਸ ਕਿਸ ਟਾਈਮ ਏਰੀਅਲ ਮਤਲਬ ਏਰੀਅਲ ਫਾਰਮ ਚ ਸਿੱਧੀ ਵੀ ਹੋ ਸਕਦੀ ਹੈ ਰਾਈਬੋਸੋਮਸ ਦੇ ਵਿੱਚ ਵੀ ਹੋ ਸਕਦੀ ਹੈ ਠੀਕ ਹੈ ਲੀਵਸ ਕਿੱਦਾਂ ਦੀਆਂ ਹੁੰਦੀਆਂ ਲੀਵਸ ਦੋ ਤਰ੍ਹਾਂ ਦੀਆਂ ਹੁੰਦੀਆਂ ਮਾਈਕਰੋਫਿਲਸ ਐਂਡ ਮੈਕਰੋਫਿਲਸ ਠੀਕ ਹੈ ਜਿਨ੍ਹਾਂ ਲੀਵਸ ਦਾ ਸਾਈਜ਼ স্মਾਲ ਹੋਏਗਾ স্মਾਲ ਸਾਈਜ਼ ਦੀਆਂ ਲੀਵਸ ਜਿਹਦੇ ਛੋਟੀਆਂ ਲੀਵਸ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਕਹਾਂਗੇ ਮਾਈਕਰੋਫਿਲਸ ਜਿਨ੍ਹਾਂ ਲੀਵਸ ਦਾ ਸਾਈਜ਼ ਵੱਡਾ ਹੋਏਗਾ ਲੰਬੀਆਂ ਲੀਵਸ ਹੋਣੀਆਂ ਬਟ ਪੱਤੀਆਂ ਹੋਣਗੀਆਂ ਉਹਨਾਂ ਨੂੰ ਅਸੀਂ ਕਹਾਂਗੇ ਮੈਕਰੋਫਿਲਸ ਠੀਕ ਹੈ স্মਾਲ ਸਮਾਲੀਵਸ ਦੀ ਐਗਜ਼ਾਮਪਲ ਆ ਜਾਂਦੀ ਸੈਲਾਜੀਨੀਲਾ ਮਤਲਬ ਸੈਲਾਜੀਨੀਲਾ ਜਿਹੜਾ ਪਲਾਂਟ ਹੈ ਟੈਰੀਡੋਫਾਈਟ ਹੈ ਉਹਦੇ ਵਿੱਚ ਮਾਈਕਰੋਫਿਲਸ ਹੁੰਦੀਆਂ ਹੈਗੀਆਂ ਔਰ ਜਿਹੜੀ ਮੈਕਰੋਫਿਲਸ ਹੈ ਉਹਦੇ ਵਿੱਚ ਆ ਜਾਂਦੀਆਂ ਫਰਨਸ ਆ ਜਾਂਦੇ ਆ ਠੀਕ ਹੈ ਸੋ ਇਹਨਾਂ ਦੇ ਵਿੱਚ ਕੀ ਹੁੰਦੀ ਆ ਜਿਹੜੇ ਸਪੋਰੋਫਾਈਟ ਹੁੰਦੀ ਆ ਉਹ ਕੀ ਬੀਅਰ ਕਰਦੇ ਆ ਸਪੋਰੈਂਜੀਆ ਬੀਅਰ ਕਰਦੇ ਆ ਠੀਕ ਹੈ ਇੰਨਾ ਚ ਜਿਹੜੇ ਸਪੋਰੋਫਾਈਟਸ ਹੁੰਦੇ ਆ ਇਹ ਸਪੋਰੈਂਜੀਆ ਨੂੰ ਬੀਅਰ ਕਰਦੇ ਆ ਔਰ ਸਪੋਰੈਂਜੀਆ ਜਿਹੜੀਆਂ ਹੈਗੀਆਂ ਲੀਫ ਲਾਈਕ ਸਟਰਕਚਰ ਹੁੰਦਾ ਹੈ ਉਹਦੇ ਵਿੱਚ ਸਪੋਰੋਫਾਈਲਸ ਪ੍ਰੈਜ਼ੈਂਟ ਹੁੰਦੇ ਆ ਔਰ ਉਹੀ ਸਪੋਰੋਫਾਈਲਸ ਜਿਹੜੇ ਹੈਗੀਆਂ ਉਹਨਾਂ ਦੇ ਵਿੱਚ ਸਪੋਰਸ ਆਉਂਦੇ ਆ ਸਪੋਰਸ ਪ੍ਰੈਜ਼ੈਂਟ ਹੁੰਦੇ ਆ ਉਹਨਾਂ ਸਪੋਰਸ ਦੀ ਮਿਓਸਿਸ ਦੇ ਥਰੂ ਦੇਖੋ ਉਹਨਾਂ ਸਪੋਰਸ ਦੀ ਮਿਓਸਿਸ ਹੁੰਦੀ ਆ ਤਾਂ ਸਪੋਰ ਮਦਰ ਸੈਲਸ ਬਣ ਜਾਂਦੇ ਆ ਠੀਕ ਹੈ ਜਿਹੜੇ ਰਿਪਰੋਡਕਸ਼ਨ ਚ ਅਗੇ ਕੰਮ ਆਂਦੀ ਹੈਗੀ ਆ ਔਰ ਕੁਝ ਕੁਝ ਟਾਈਮ ਸਮ ਟਾਈਮ ਕੀ ਹੁੰਦਾ ਹੈ ਕਿ ਸਪੋਰੋਫਿਲਸ ਇੱਕ ਪ੍ਰੋਪਰ ਸਟਰਕਚਰ ਅਗਰ ਬਣਾ ਲੈਣ ਤਾਂ ਉਹਨੂੰ ਅਸੀਂ ਕੋਨਸ ਜਾਂ ਸਟ੍ਰੋਬਿਲਾਈ ਵੀ ਕਹਿ ਦਿੰਦੇ ਹੈਗੇ ਆ ਠੀਕ ਹੈ ਜਿਸ ਤਰੀਕੇ ਨਾਲ ਇਹਨਾਂ ਦੀ ਐਗਜ਼ਾਮਪਲਸ ਹੈ ਸਿਲੋਟਮ ਹੋ ਗਿਆ ਸੇਲਾਜੀਨੀਲਾ ਹੋ ਗਿਆ ਲਾਈਕੋਪੋਡੀਅਮ ਹੋ ਗਿਆ ਠੀਕ ਹੈ ਲਾਈਕੋਪੋਡੀਅਮ ਦੀ ਜਿਹੜੀ ਟਾਈਪ ਹੈ ਕਲੱਬ ਮੋਸਸ ਨੂੰ ਕਹਿ ਦਿੰਦੇ ਆ ਠੀਕ ਹੈ ਹੁਣ ਜਿਹੜਾ ਇਹ ਡਿਫਰੈਂਸ਼ੀਏਟਿਡ ਸਟਰਕਚਰ ਗਾਪਾ ਧਿਆਨ ਦੇ ਨਾਲ ਦੇਖੀਏ yellow ਕਲਰ ਦਾ ਜਿਹੜਾ ਸਟਰਕਚਰ ਹੈ ਇਹ ਅਲੱਗ ਬਣਿਆ ਹੋਇਆ ਠੀਕ ਹੈ ਕੋਨਸ ਫਾਰਮ ਚ ਹੋ ਸਕਦੀ ਹੈਗਾ ਇਕੁਇਸੇਟਮ ਹੋ ਗਿਆ ਹੌਰਸ ਟੀਲ ਇਹਦਾ ਕਾਮਨ ਨੇਮ ਹੈਗਾ ਇਹਦੇ ਵਿੱਚ ਵੀ ਡਿਫਰੈਂਸ਼ੀਏਟਿਡ ਸਟਰਕਚਰ ਇਸ ਤਰੀਕੇ ਨਾਲ ਬਣਿਆ ਹੋਇਆ ਆ ਠੀਕ ਹੈ ਅਜ਼ੂਲਾ ਹੋ ਗਿਆ ਵਾਟਰ ਵਾਟਰ ਫਰਨ ਇਹ ਸਭ ਜਿਹੜੀਆਂ ਐਗਜ਼ਾਮਪਲਸ ਹੈਗੀਆਂ ਠੀਕ ਹੈ ਹុនਸੀ ਲੋਟਮ ਜਿਹੜਾ ਉਹਦਾ ਅੱਗੇ ਆਪਾਂ ਅਲੱਗ ਡਾਇਗਰਾਮ ਦੇਖਾਂਗੇ ਅਲੱਗ ਫਿਗਰ ਦੇਖਾਂਗੇ ਸਿ ਲੋਟਮ ਦੀ ਸੋ ਇਹ ਹੈਸ ਪੋਰੈਂਜੀਅਮ ਠੀਕ ਹੈ ਸਪੋਰੈਂਜੀਅਮ ਜਿਹੜੇ ਹੁੰਦੇ ਨੇ ਉਹਦੇ ਦੇ ਲੀਵਸ ਹੈਗੀਆਂ ਲੀਵਸ ਆਪਾਂ ਪੜਿਆ ਕਿ ਪਤਲੀਆਂ ਹੁੰਦੀਆਂ ਲੌਂਗ ਵੀ ਹੋ ਸਕਦੀਆਂ ਬਟ ਥਿਨ ਹੁੰਦੀਆਂ ਹੈਗੀਆਂ ਠੀਕ ਹੈ ਇਹਨਾਂ ਦੇ ਵਿੱਚ ਜਿਹੜੀਆਂ ਥਿਨ ਲੀਵਸ ਹੁੰਦੀਆਂ ਇਹਨਾਂ ਦੇ ਵਿੱਚ ਕਿੰਦੇ ਸਪੋਰੋਫਿਲਸ ਪ੍ਰੈਜ਼ੈਂਟ ਹੁੰਦੇ ਆ ਠੀਕ ਹੈ ਸਪੋਰੋਫਿਲਸ ਪ੍ਰੈਜ਼ੈਂਟ ਹੁੰਦੇ ਛੋਟੇ ਛੋਟੇ ਇਸ ਤਰੀਕੇ ਦੇ ਦਿਖਾਈ ਦਿੰਦੇ ਆ ਜਿੱਦਾਂ ਆਪਾਂ ਇੱਥੇ ਵੀ ਦੇਖ ਸਕਦੇ ਪ੍ਰੋਪਰ ਸਪੋਰੋਫਿਲਸ ਦੀ ਇੱਕ ਕੋਨ ਦਾ ਸਟਰਕਚਰ ਹੈ ਠੀਕ ਹੈ ਕੋਨ ਦੇ ਵਿੱਚ ਆਪਾਂ ਪੜਿਆ ਨਾ ਕਿ ਸਟ੍ਰੋਬਿਲਾ ਯਰ ਕੋਨ ਪ੍ਰੈਜ਼ੈਂਟ ਹੁੰਦੇ ਕੋਨ ਹੈ ਇਸ ਤਰੀਕੇ ਦਾ ਕੋਨ ਦੇ ਵਿੱਚ ਅ ਅਲੱਗ-ਅਲੱਗ ਮਤਲਬ ਪ੍ਰੈਜ਼ੈਂਟ ਹੁੰਦੀ ਹੈ ਮੀਲ ਫੀਮੇਲ ਗੈਮੀਟ ਪ੍ਰੈਜ਼ੈਂਟ ਹੁੰਦੀ ਆ ਠੀਕ ਹੈ ਇਹ ਹੈ ਸਿਲੋਟਮ ਠੀਕ ਹੈ ਸਿਲੋਟਮ ਦਾ ਡਿਫਰੈਂਸ਼ੀਏਟਿਡ ਸਟਰਕਚਰ ਹੈ ਠੀਕ ਹੈ ਅ ਇੱਥੇ ਵੀ ਦੇਖਿਆ ਜਾ ਸਕਦਾ ਠੀਕ ਹੈ ਲੀव्स ਪਤਲੀਆਂ ਹੁੰਦੀਆਂ ਓਕੇ ਰੈਨਾ ਇੱਕ ਐਗਜ਼ਾਮਪਲ ਹੈਗੀ ਹੈ ਵੀ ਇੱਕ ਤਰੀਕੇ ਦੀ ਠੀਕ ਹੈ ਅ ਅਗਿਆਨੇ ਹੈਗੀਆਂ ਕੋਨਜ਼ਲ ਸਟੋਬੀ ਲਈ ਬਣੀ ਹੁੰਦੀ ਇਹਨਾਂ ਦੇ ਠੀਕ ਹੈ ਅ ਫਿਰ ਹੈ ਆਪਾਂ ਇਹ ਕਰ ਚੁੱਕੀਆਂ ਸਪੋਰੋਫਾਈਟ ਸਪੋਰੈਂਜੀਆ ਬੀਅਰ ਕਰਦੀ ਆ ਸਪੋਰੈਂਜੀਆ ਦਾ ਲੀਫ ਲਾਈਕ ਸਟਰਕਚਰ ਸਪੋਰੋਫੀਲਾ ਸਪੋਰੋਫਿਲ ਦੇ ਵਿੱਚ ਜਿਹੜੇ ਸਪੋਰ ਦਾ ਮਿਓਸਿਸ ਕਰਦੀ ਆ ਤਾਂ ਸਪੋਰ ਮਦਰ ਸੈਲਸ ਬਣਾ ਦਿੰਦੇ ਹੈਗੀਆਂ ਅਗਰ ਸਪੋਰੋਫੀਲਸ ਕੁਝ ਸਪੈਸ਼ਲ ਸਟਰਕਚਰ ਬਣਾ ਦਿੰਦੇ ਆ ਤਾਂ ਉਹਨੂੰ ਅਸੀਂ ਕੋਨ ਜੀਆਂ ਸਟੋਬਿਲਾਇ ਬੋਲ ਸਕਦੇ ਹੈਗੀਆਂ ਠੀਕ ਹੈ ਹੁਣ ਜਿਹੜੀਆਂ ਸਪੋਰਸ ਆ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਹੋਮੋਸਪੋਰਸ ਔਰ ਹੇਟੇਰੋਸਪੋਰਸ ਹੋਮੋ ਮੀਨਸ ਹੁੰਦਾ ਸੇਮ ਜਿਨ੍ਹਾਂ ਦੇ ਸਪੋਰਸ ਦਾ ਸੇਮ ਹੁੰਦੀ ਆ ਉਹਨਾਂ ਨੂੰ ਅਸੀਂ ਹੋਮੋਸਪੋਰਸ ਬੋਲ ਦਿੰਦੇ ਆ ਜਿਨ੍ਹਾਂ ਦੇ ਡਿਫਰੈਂਟ ਹੁੰਦੀਆਂ ਅਲੱਗ-ਅਲੱਗ ਹੁੰਦੀਆਂ ਉਹਨਾਂ ਨੂੰ ਅਸੀਂ ਹਿਟੇਰੋਸਪੋਰਸ ਬੋਲਦੇ ਹਾਂ ਠੀਕ ਹੈ ਹਿਟੇਰੋਸਪੋਰਸ ਦੇ ਵੀ ਦੋ ਟਾਈਪ ਆ ਮਾਈਕਰੋਸਪੋਰ ਮਾਈਕਰੋਸਪੋਰ ਔਰ ਮੈਗਾਸਪੋਰ ਠੀਕ ਹੈ ਮਾਈਕਰੋ ਜਿਹੜੇ ਛੋਟੇ ਸਾਈਜ਼ ਦੇ ਸਪੋਰ ਆ ਜਾਂਦੇ ਆ ਹਿਟੇਰੋਸਪੋਰਸ ਦੇ ਵਿੱਚ ਉਹਨਾਂ ਅਸੀਂ ਬੋਲਦੇ ਆ ਮਾਈਕਰੋਸਪੋਰ ਸਪੋਰ ਜਿਹੜੇ ਕੀ ਮੈਗਾ ਜਿਹੜੇ ਲਾਰਜ ਸਾਈਜ਼ ਦੇ ਥੋੜੇ ਹੁੰਦੇ ਆ ਉਹਨਾਂ ਨੂੰ ਅਸੀਂ ਸਪੋਰਸ ਨੂੰ ਮੈਗਾਸਪੋਰਸ ਬੋਲਾਂਗੇ ਠੀਕ ਹੈ ਇਹਨਾਂ ਦੀ ਐਗਜ਼ਾਮਪਲ ਨਾਲ ਰਿਲੇਟਡ ਕੁਸ਼ਚਨ ਆ ਜਾਂਦਾ ਕਈ ਵਾਰ ਉਹ ਜਿੱਦਾਂ ਕੀ ਇਹ ਹੈ ਐਗਜ਼ਾਮਪਲ ਇਹਨਾਂ ਦੀਆਂ ਹੈਗੀਆਂ टैरिस और एडिएंटम ठीक है हिटीरोसपोरस किया जाता सालवेनिया सेलाजिनेला मारसीलिया ठीक है सब इग्जाम्पल्स है हिटीरोसपोरस टेरिडोफाइट्स दियाँ ठीक है हूँ अगर आप गल करिए इन्ह दी कि जी माइक्रोस्पोर्स और मैगसपोरफिलस आर्ट हूँ है ना हिटीरोसपोरस दे, आप देख रहे सी ए वाला जड़ा होंगे ए वाला ठीक है ਹੈ ਮਾਈਕਰੋਸਪੋਰ ਐਂਡ ਮੈਗਾਸਪੋਰ ਅਗਰ ਆਪਾਂ ਡਿਫਰੈਂਸ਼ੀਏਟ ਕਰੀਏ ਇਹਨਾਂ ਦੇ ਸਟਰਕਚਰ ਨੂੰ ਦੇਖੋ ਆਹ ਵਾਲੇ ਔਰ ਇਹ ਵਾਲੇ ਸਟਰਕਚਰ ਚ ਫਰਕ ਹੈ ਠੀਕ ਹੈ ਕੋਨ ਹੁੰਦਾ ਹੈ ਕੋਨ ਦੀ ਐਕਸਿਸ ਜਾ ਰਹੀ ਹੈ ਐਕਸਿਸ ਜਿੱਧਾ ਜਿੱਧਾ ਉੱਪਰ ਨੂੰ ਜਾਏਗੀ ਠੀਕ ਹੈ ਇਹਨਾਂ ਦੇ ਨਾਲ ਕੀ ਅਟੈਚ ਹੁੰਦੇ ਇਹ ਵਾਲੇ ਜਿਹੜੇ ਗ੍ਰੀਨ ਗ੍ਰੀਨ ਦਿਖਾਈ ਦੇ ਰਹੇ ਆ ਇਹ ਹੁੰਦੇ ਆ ਲਿਗਿਊਲ ਠੀਕ ਹੈ ਲਿਗਿਊਲਸ ਪ੍ਰੈਜ਼ੈਂਟ ਹੁੰਦੇ ਆ ਹੁਣ ਜਿਹੜੇ ਛੋਟੇ ਸਾਈਜ਼ ਦੇ ਮਾਈਕਰੋਸਪੋਰੋਫਾਈਲ ਠੀਕ ਹੈ ਦੂਸਰੇ ਜਿਹੜੇ ਡਿਫਰੈਂਸ਼ੀਏਟ ਹੈਗੇ ਆ ਲੌਂਗ ਸਾਈਜ਼ ਦੇ ਜਿਨ੍ਹਾਂ ਦਾ ਲਾਰਜ ਸਾਈਜ਼ ਆ ਉਹ ਮ ਹੁਣ ਅਗਰ ਆਪਾਂ ਇੱਧਰ ਦੇਖੀਏ ਤਾਂ ਇੱਧਰ ਵੀ ਕੀ ਬਣਿਆ ਹੋਇਆ ਇਹ ਮਾਈਕਰੋਸਪੋਰੈਂਜੀਅਮ ਸੌਰੀ ਹਾਂ ਮਾਈਕਰੋਸਪੋਰੈਂਜੀਅਮ ਇਹ ਸਪੋਰੋਫਿਲ ਲੀਫ ਬੀਅਰਿੰਗ ਸਪੋਰੈਂਜੀਅਮ ਜਿਨ੍ਹਾਂ ਦੇ ਵਿੱਚ ਲੀਫ ਪ੍ਰੈਜ਼ੈਂਟ ਹੁੰਦੀ ਆ ਠੀਕ ਹੈ ਇਨ੍ਹਾਂ ਚ ਕਿੰਨੇ ਪ੍ਰੈਜ਼ੈਂਟ ਹੁੰਦੇ ਆ 4 ਮੈਗਾਸਪੋਰਸ ਪ੍ਰੈਜ਼ੈਂਟ ਹੁੰਦੇ ਇਨ੍ਹਾਂ ਦੇ ਵਿੱਚ ਠੀਕ ਹੈ ਅਗਰ ਆ ਡਿਫਰੈਂਸ਼ੀਏਟ ਕਰਕੇ ਦਿਖਾਇਆ ਗਿਆ ਇਸ ਤਰੀਕੇ ਨਾਲ ਅਦਰਵਾਈਜ਼ ਇੱਦਾਂ ਦੇ ਦਿਖਾਈ ਦਿੰਦੇ ਆ ਇਹ ਜਿਹੜੇ ਸਪੋਰਸ ਐ ਜਦੋਂ ਸਪੋਰਸ ਜਰਮੀਨੇਟ ਕਰਦੇ ਆ ਤਾਂ ਉਹ ਪ੍ਰੂਥੈਲੋਸਿਸ ਸਟਰਕਚਰ ਬਣਾਉਂਦੇ ਆ ਪ੍ਰੂਥੈਲੋਸ ਜਿਹੜਾ ਹੈ ਉਹ ਅੱਗੇ ਗੈਮੀਟੋਫਾਈਟ ਫਾਰਮ ਚ ਹੈ ਠੀਕ ਹੈ ਹੁਣ ਗੈਮੀਟੋਫਾਈਟ ਜਿਹੜੇ ਆ ਕਿਹੜੇ ਕਿਹੜੇ ਗੈਮੀਟ ਫਾਰਮ ਚ ਕਿਹੜੇ ਆ ਐਂਥਰੀਡੀਆਂ ਔਰ ਆਰਕੀਗੋਨੀਆ ਐਂਥਰੀਡੀਆਂ ਦੇ ਵਿੱਚ ਕੀ ਹੁੰਦਾ ਹੈ ਐਂਥੀਰੋਜ਼ੋਇਡਸ ਪ੍ਰੈਜ਼ੈਂਟ ਹੁੰਦੀਆਂ ਠੀਕ ਹੈ ਐਂਥੀਰੋਜ਼ੋਇਡਸ ਪ੍ਰੈਜ਼ੈਂਟ ਹੁੰਦੀਆਂ ਔਰ ਆਰਕੀਗੋਨੀਆ ਚ ਜਿਹੜਾ ਪ੍ਰੋਡਿਊਸ ਹੁੰਦਾ ਉਹ ਸੈੱਲ ਪ੍ਰੋਡਿਊਸ ਹੁੰਦਾ ਸਿੰਗਲ ਐਗ ਪ੍ਰੋਡਿਊਸ ਹੁੰਦਾ ਆਰਕੀ ਐਂਥਰੀਡਿਓਜ਼ੋਇਡ ਜਿਹੜਾ ਉਹ ਇਹਦੇ ਵਿੱਚ ਸਟਰਕਚਰ ਪ੍ਰੋਡਿਊਸ ਹੁੰਦਾ ਹੈ ਠੀਕ ਹੈ ਇਹ ਕੀ ਹੈ ਮੇਲ ਪਾਰਟ ਇਹ ਹੈ ਫੀਮੇਲ ਪਾਰਟ ਠੀਕ ਹੈ ਹੁਣ ਜਦੋਂ ਇਹ ਆਪਸ ਵਿੱਚ ਫਿਊਜ਼ ਕਰਨਗੇ ਤਾਂ ਜ਼ਾਈਗੋਟ ਬਣਨਗੇ ਜ਼ਾਈਗੋਟ ਦੀ ਰਿਪੀਟਿਡ ਡਿਵੀਜ਼ਨ ਹੋਏਗੀ ਤਾਂ ਸਪੋਰੋਫਾਈਟ ਬਣ ਜਾਣਗੇ ਠੀਕ ਹੈ ਸੋ ਇਸ ਤਰੀਕੇ ਨਾਲ ਇਹ ਬਣਦੇ ਆ ਹੁਣ ਅ ਇਹ ਹੈ ਇਹਨਾਂ ਦਾ ਦਿਖਾਇਆ ਹੋਇਆ ਕੀ ਇਨੈਚੂ ਮੀਓਸਿਸ ਕਿਦਾਂ ਦੀਆ ਪਾਈ ਪੜਿਆ ਸੀ ਕਿ ਮੀਓਸਿਸ ਹੁੰਦੀ ਆ ਇਹਦੇ ਵਿੱਚ ਹੁਣ ਮੀਓਸਿਸ ਹੋ ਕੇ ਇਹ ਅੱਗੇ ਕਿਦਾਂ ਬਣਾਉਂਦੇ ਹੈਗੇ ਆ ਉਹਦੇ ਬਾਰੇ ਦੱਸਿਆ ਹੋਇਆ ਹੈ ਸਾਨੂੰ ਇਹਦੇ ਵਿੱਚ ਠੀਕ ਹੈ ਸੋ ਅਗਰ ਆਪਾਂ ਦੇਖੀਏ ਤੇ ਜਿਹੜੇ ਇਹ ਪ੍ਰੈਜ਼ੈਂਟ ਹੁੰਦੇ ਆ ਦੇਖੋ ਮੰਨ ਲਓ ਕਿ ਇਹ ਮੈਟਿਊਰ ਸਪੋਰੋਫਾਈਟ ਹੈ ਇਹਦੇ ਵਿੱਚ ਠੀਕ ਹੈ ਹੁਣ ਇਹਦੇ ਵਿੱਚ ਮੈਟਿਊਰ ਸਪੋਰੋਫਾਈਟ ਸੀ ਲੀव्स ਦੇ ਵਿੱਚ ਸੋਰਸ ਵਰਗਾ ਸਟਰਕਚਰ ਇਸ ਤਰੀਕੇ ਨਾਲ ਲੀव्स ਦੇ ਉੱਤੇ ਇਸ ਤਰੀਕੇ ਦੇ ਆਪਾਂ ਨੂੰ ਦਿਖਾਈ ਦੇ ਰਹੇ ਸੀ ਠੀਕ ਹੈ ਸਪੋਰੋਫਿਲਸ ਠੀਕ ਹੈ ਉਹਨੂੰ ਅਸੀਂ ਸੋਰਸ ਕਹਿ ਦਿੰਦੇ ਹਾਂ ਹੁਣ ਇਹ ਜਿਹੜੇ ਸੋਰਸ ਹੈਗੇ ਆ ਉਹ ਇਸ ਤਰੀਕੇ ਦੇ ਕ੍ਰੋਸ ਸੈਕਸ਼ਨ ਦਿਖਾਈ ਦੇਣਗੇ ਸਭ kia ਡਿਪਲੋਇਡ ਫਾਰਮ ਦੇ ਵਿੱਚ ਹੈਗੇ ਆ ਠੀਕ ਹੈ ਇਹਨਾਂ ਦੀ ਮੀਓਸਿਸ ਹੋਏਗੀ ਮੀਓਸਿਸ ਦੇ ਦੌਰਾਨ ਸਪੋਰਸ ਬਣੇ ਸੀ ਇਹਹੀ ਸਪੋਰਸ ਅਗਰ ਜਰਮੀਨੇਟ ਹੁੰਦੇ ਹੁਣ ਸਪੋਰਸ ਕਦੋਂ ਜਰਮੀਨੇਟ ਹੁੰਦੇ ਜਦੋਂ ਸਪੋਰਸ ਨੂੰ ਫੇਬ੍ਰੇਬਲ ਕੰਡੀਸ਼ਨ ਮਿਲੇਗੀ ਉਸ ਟਾਈਮ ਤੇ ਇਹ ਜਰਮੀਨੇਟ ਹੋ ਪਾਣਗੇ ਠੀਕ ਹੈ ਜਰਮੀਨੇਟ ਹੋ ਕੇ ਇਸ ਤਰੀਕੇ ਦਾ ਸਟਰਕਚਰ ਬਣੇਗਾ ਇਸ ਤਰੀਕੇ ਦਾ ਸਟਰਕਚਰ ਬਣਨ ਤੋਂ ਬਾਅਦ ਇਹ ਗੈਮੀਟੋਫਾਈਟ ਬਣਾਉਂਦੇ ਹੈਗੇ ਗੈਮੀਟੋਫਾਈਟ ਇਸ ਤਰੀਕੇ ਨਾਲ ਦੋ ਇਸ ਤਰੀਕੇ ਨਾਲ ਬਣਦਾ ਹਾਰਟ ਨਹੀਂ ਹੈ ਇਸ ਸ਼ੇਪ ਦੇ ਵਿੱਚ ਜਸਟ ਬਣਦਾ ਕਿ ਇਹਦੇ ਦੋ ਪਾਰਟ ਹੋ ਜਾਂਦੇ ਹੈਗੇ ਠੀਕ ਹੈ ਗੈਮੀਟੋਫਾਈਟ ਇਸ ਤਰੀਕੇ ਦਾ ਦਿਖਾਈ ਦਿੰਦਾ ਆ ਠੀਕ ਹੈ ਗੈਮੀਟੋਫਾਈਟ ਦੇ ਵਿੱਚ ਕੀ ਹੁੰਦਾ ਆ ਹੁਣ ਦੇਖੋ ਜਦੋਂ ਤੱਕ ਤਾਂ ਇਹ ਸੋਰਸ ਫਾਰਮ ਚ ਸੀ ਮੀਓਸਿਸ ਨਹੀਂ ਹੋਈ ਸੀ ਤਾ ਤੱਕ ਇਹ ਡਿਪਲੋਇਡ ਫਾਰਮ ਚ ਸੀ ਬਟ ਜਿੱਦਾਂ ਹੀ ਇਹਨਾਂ ਦੀ ਮੀਓਸਿਸ ਹੋ ਜਾਏਗੀ ਤਾਂ ਇਹ ਸਪੋਰਸ ਬਣਦੇ ਆ ਸਪੋਰਸ ਹੈਪਲੋਇਡ ਫਾਰਮ ਦੇ ਵਿੱਚ ਹੁੰਦੇ ਆ ਠੀਕ ਹੈ ਫਰਦਰ ਗੈਮੀਟ ਬਣਦੇ ਆ ਗੈਮੀਟ ਫਰਟੀਲਾਈਜ਼ ਕਰਦੇ ਆ ਤਾਂ ਇਹ ਡਿਪਲੋਇਡ ਫਾਰਮ ਚ ਹੁੰਦੇ ਆ ਅਦਰਵਾਈਜ਼ ਹੈਪਲੋਇਡ ਫਾਰਮ ਚ ਹੁੰਦੇ ਆ ਠੀਕ ਹੈ ਸੋ ਇਹ ਡਿਪਲੌਨਟਿਕ ਲਾਈਫ ਸਾਈਕਲ ਇਥੇ ਹੈਪਲੌਨਟਿਕ ਲਾਈਫ ਸਾਈਕਲ ਆ ਸੋ ਇਹਨਾਂ ਚ ਹੈਪਲੋ ਡਿਪਲੌਨਟਿਕ ਲਾਈਫ ਸਾਈਕਲ ਚੱਲਦਾ ਹੁਣ ਸਪੋਰਸ ਜਿਹੜੇ ਆ ਉਹਨਾਂ ਨੇ ਜਰਮੀਨੇਟ ਹੋਏ ਠੀਕ ਹੈ ਹੁਣ ਪਲਾਂਟਸ ਦੇ ਵਿੱਚ ਸਪੋਰਸ ਬਹੁਤ ਜ਼ਿਆਦਾ ਬਣਾਉਣੇ ਪੈਂਦੇ ਇਹਨਾਂ ਨੂੰ ਕਿਉਂਕਿ ਅਗਰ ਸਾਰੇ ਹੁਣ ਬਹੁਤ ਸਾਰੇ ਸਪੋਰਸ ਆ ਉਹਨਾਂ ਦੇ ਵਿੱਚੋਂ ਕਈ ਹੀ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਕਿ ਫੇਵਰੇਬਲ ਕੰਡੀਸ਼ਨ ਮਿਲਦੀਆਂ ਤਾਂ ਹੀ ਉਹ ਕਿ ਗੈਮੀਟੋਫਾਈਟ ਵਗੈਰਾ ਬਣਾ ਸਕਦੇ ਹੈਗੇ ਆ ਤੇ ਨਿਊ ਟੈਰੀਡੋਫਾਈਟਸ ਬਣਾ ਪਾਣਗੇ ਠੀਕ ਹੈ ਅਗਰ ਤਾਂ ਉਹਨਾਂ ਨੂੰ ਫੇਵਰੇਬਲ ਕੰਡੀਸ਼ਨ ਨਹੀਂ ਮਿਲੀਆਂ ਉਹ ਤਾਂ ਖਤਮ ਹੋ ਜਾਣੀ ਹੈਗੀ ਆ ਹੁਣ ਕਾਫੀ ਚਾਂਸਸ ਹੁੰਦੇ ਖਤਮ ਹੋਣ ਦੇ ਇਸ ਕਰਕੇ ਉਹਨਾਂ ਨੂੰ ਪਹਿਲੇ ਨੰਬਰ ਆਫ स्पोर्स बनाने ज़्यादा स्पोर्स बनाने पैंते हैं ठीक है सो जर्मीनेट स्पोर्स गैमीटोफाइट बना दिया आर्कीगोनीयम एंड एंथ्रीडियम एंथ्रीडियम मेल पार्ट है इस तरीके का ठीक है और आर्कीगोनीयम आरकीगोनीयम इस तरीके का होंगे फीमेल पार्ट एग प्रोड्यूस करेगा मेल पार्ट ਸਪੋਰ ਬ੍ਰੋਡਿਊਸ ਕਰੇਗਾ ਜਦੋਂ ਇਹ ਫਿਊਜ਼ ਕਰਦੇ ਆਪਸ ਦੇ ਵਿੱਚ ਤਾਂ ਕੀ ਕਰਦੇ ਆ ਫਰਟੀਲਾਈਜੇਸ਼ਨ ਕਾਜ਼ ਕਰਕੇ ਜ਼ਾਈਗੋਟ ਬਣਾਉਂਦੇ ਆ ਜ਼ਾਈਗੋਟ ਫਰਦਰ ਡਿਵੈਲਪ ਕਰਦਾ ਹੈ ਤਾਂ ਇਸ ਤਰੀਕੇ ਦੇ ਸਪੋਰੋਫਾਈਟ ਉੱਪਰ ਗਰੋ ਕਰਦਾ ਹੈ ਗੈਮੀਟੋਫਾਈਟ ਦੇ ਉੱਪਰ ਠੀਕ ਹੈ ਫਿਰ ਇਹ ਮੈਚੂਰ ਹੋ ਜਾਂਦਾ ਇਸ ਤਰੀਕੇ ਦਾ ਦਿਖਾਈ ਦਿੰਦਾ ਦੈਨ ਫਿਰ ਦੁਬਾਰਾ ਇਹ ਸਾਈਕਲ ਇਦਾਂ ਹੀ ਚੱਲਦਾ ਰਹਿੰਦਾ ਠੀਕ ਹੈ ਸੋ ਇਸ ਤਰੀਕੇ ਨਾਲ ਇਹ ਜਿਹੜੀ ਹੈਗੀ ਗਰੋ ਕਰਦੀ ਆ ਠੀਕ ਹੈ ਇਹ ਇਹਨਾਂ ਦਾ ਲਾਈਫ ਸਾਈਕਲ ਸੀ ਠੀਕ ਹੈ ਵਾਟਰ ਜਿਹੜਾ ਹੈਗਾ ਉਹ ਫਰਟੀਲਾਈਜੇਸ਼ਨ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੇ ਸਪੋਰਸ ਹੈ ਉਹ 에ਅਰ ਦੇ ਥਰੂ ਵੀ ਪਾਸ ਕਰ ਸਕਦੇ ਆ ਔਰ ਵਾਟਰ ਦੇ ਥਰੂ ਵੀ ਉਹ ਪਾਸ ਕਰ ਸਕਦੇ ਆ ਤੇ ਉਹਨਾਂ ਦੇ ਵਿੱਚ ਹੀ ਮੇਲ ਫੀਮੇਲ ਦਾ ਮੀਟਾਪਾਸਟ ਫਿਊਜ਼ ਕਰਕੇ ਫਰਟੀਲਾਈਜੇਸ਼ਨ ਕਾਜ਼ ਕਰਦੇ ਆ ਕਲਾਸੀਫਿਕੇਸ਼ਨ ਆਫ ਟੈਰੀਡੋਫਾਈਟਸ ਦੇ ਵਿੱਚ ਆ ਜਾਂਦੀਆਂ ਸਿਲੋਪਸੀਡਾ ਲਾਈਕੋਪਸੀਡਾ ਸਫੈਨੋਪਸੀਡਾ ਐਂਡ ਟੈਰੋਪਸੀਡਾ ਸਿਲੋਪਸੀਡਾ ਜਿਹੜੀ ਹੈਗੀ ਆ ਉਹਦੀ ਐਗਜ਼ਾਮਪਲ ਆ ਜਾਂਦੀ ਸਿਲੋਟਮ ਲਾਈਕੋਪਸੀਡਾ ਦੇ ਵਿੱਚ ਲਾਈਕੋਪੋਡੀਅਮ ਔਰ ਸਿਲਾਜੀਨੇਲਾ ਹੈ ਸਫੈਨੋਪੋਡੀਅਮ ਦੇ ਵਿੱਚ ਇਕੂਸੇਟਮ ਹੈ ਔਰ ਟੈਰੋ ਟੈਰੋਸੀਡਾ ਦੇ ਵਿੱਚ ਡਰਾਇਓਪਟੈਰਿਸ ਐਂਡ ਪਟੈਰਿਸ ਦੋ ਐਗਜ਼ਾਮਪਲਸ ਆ ਜਾਂਦੀਆਂ ਫਿਰ ਹੈ ਕਿ ਇਹਨਾਂ ਦੀ ਇੰਪੋਰਟੈਂਸ ਕੀ ਹੁੰਦੀ ਆ ਉਹਨ ਜਿਹੜੇ ਟੈਰੀਡੋਫਾਈਟਸ ਹੁੰਦੀਆਂ ਇਨਾਂ ਦੇ ਵਿੱਚ ਹੁਣ ਜਿਹੜਾ ਇਹਨਾਂ ਦਾ ਕਾਫੀ ਰੋਲ ਆ ਜਿੱਦਾਂ ਹੁਣ ਕੀ ਲਾਈਕੋਪੋਡੀਅਮ ਹੋਰ ਸਿਲਾ ਜਿਨਾਂ ਦਾ ਇਹਨਾਂ ਨੂੰ ਸਜਾਵਟ ਦੇ ਤੌਰ ਤੇ ਘਰਾਂ ਦੇ ਵਿੱਚ ਯੂਜ਼ ਕਰਦੇ ਹੈਗੇ ਆ ਠੀਕ ਹੈ ਦੇਖਣ ਨੂੰ ਕਾਫੀ ਬਿਊਟੀਫੁੱਲ ਹੁੰਦੀ ਇਸ ਕਰਕੇ ਆਪਾਂ ਇਹਨਾਂ ਨੂੰ ਔਰਨਮੈਂਟਲ ਦੇ ਤੌਰ ਤੇ ਸਜਾਵਟ ਲਈ ਯੂਜ਼ ਕਰਦੇ ਆ ਘਰਾਂ 'ਚ ਫਿਰ ਹੈ ਲਾਈਕੋਪੋਡੀਅਮ ਜਿਹੜਾ ਹੈ Uh, ornamental ਤੋਂ ਇਲਾਵਾ skin diseases ਦੇ ਟਰੀਟਮੈਂਟ ਲਈ ਵੀ ਯੂਜ਼ ਕੀਤਾ ਜਾਂਦਾ ਹੈ ਫਿਰ ਹੈ ਕਿ ਕਿਡਨੀ ਸਟੀਮੂਲੈਂਟ ਦੇ ਤੌਰ ਤੇ ਵੀ ਯੂਜ਼ ਕੀਤੇ ਜਾਂਦੇ ਕਈ ਟਾਈਡੋਫਾਈਟਸ ਕਿ ਕਿਡਨੀ ਅਗਰ ਪ੍ਰੋਪਰ ਫੰਕਸ਼ਨ ਨਾ ਕਰੇ ਤਾਂ ਉਹਨੂੰ ਸਟੀਮੂਲੇਟ ਕਰਨ ਦੇ ਲਈ ਉਹਦੇ ਫੰਕਸ਼ਨ ਨੂੰ ਥੋੜਾ ਪ੍ਰੋਪਰ ਕਰਨ ਦੇ ਲਈ ਕਿਡਨੀ ਸਟੀਮੂਲੈਂਟ ਦੇ ਤੌਰ ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਇਸ ਤੋਂ ਇਲਾਵਾ ਹੈ ਕਿ ਬਾਇਓ ਫਰਟੀਲਾਈਜ਼ਰ ਦੇ ਤੌਰ ਤੇ ਵੀ ਅਜ਼ੂਲਾ ਨੂੰ ਯੂਜ਼ ਕੀਤਾ ਜਾਂਦਾ ਹੁਣ ਜਿਹੜਾ ਅਜ਼ੂਲਾ ਹੈ ਅਸੂਲਾ ਜਿਹੜਾ ਹੈ ਉਹ ਸਿਮਬਾਇਓਟਿਕ ਐਸੋਸੀਏਸ਼ਨ ਕਰਦਾ ਆ ਆਈ ਥਿੰਕ ਫੰਗਾਈ ਦੇ ਨਾਲ ਸਿਮਬਾਇਓਟਿਕ ਐਨਾਬੀਨਾ ਨਾ ਸੋਰੀ ਐਨਾਬੀਨਾ ਨਾਲ ਸਿਮਬਾਇਓਟਿਕ ਐਸੋਸੀਏਸ਼ਨ ਕਰਦਾ ਜਿਹਦੇ ਨਾਲ ਕੀ ਇਹ ਨਾਈਟ੍ਰੋਜਨ ਫਿਕਸੇਸ਼ਨ ਵੀ ਕਰ ਪਾਉਂਦੇ ਆ ਔਰ ਫਰਟੀਲਾਈਜੇਸ਼ਨ ਵੀ ਉਹਦਾ ਪਾਉਂਦੇ ਹੈਗੇ ਆ ਠੀਕ ਹੈ ਨਾਈਟ੍ਰੋਜਨ ਫਿਕਸੇਸ਼ਨ ਤਾਂ ਕਰਦੀ ਆ ਪਲਾਂਟ ਦੀ ਗਰੋਥ ਲਈ ਨਾਲ ਨਾਲ ਬਾਇਓ ਫਰਟੀਲਾਈਜ਼ਰ ਦੇ ਤੌਰ ਤੇ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੁਣ ਅਗਰ ਇਹ ਇਹ ਫੰਕਸ਼ਨ ਕਰਨਗੇ ਸੋਇਲ ਇਰੋਜਨ ਵੀ ਨਹੀਂ ਹੋਏਗੀ ਠੀਕ ਹੈ ਸੋ ਸੋਇਲ ਇਰੋਜਨ ਤੋਂ ਵੀ ਇਹ ਬਚਾਉਂਦੀ ਹੈਗੀ ਆ ਫਿਰ ਹੈ ਕਿ ਕੋਈ ਸਪੈਸ਼ੀਅਲ ਸਪੀਸੀਜ਼ ਜਿਹੜੀਆਂ ਐਡੀਬਲ ਪਰਪਸ ਲਈ ਯੂਜ਼ ਕੀਤੀਆਂ ਜਾਂਦੀਆਂ ਟੈਰੀਡੋਫਾਈਟਸ ਦੀਆਂ ਸੋ ਏ ਸੀ ਅਮ ਟੈਰੀਡੋਫਾਈਟਸ ਦੇ ਬਾਰੇ ਹੁਣ ਜਿੱਦਾਂ ਕਿ ਜਿਹੜਾ ਇਹਦੇ ਵਿੱਚ ਐਗਜ਼ਾਮਪਲ ਹੈ ਇੱਕ ਐਡੀਐਂਟਮ ਇਹ ਡੀ ਐਂਟਮ ਜੋ ਹੈ ਉਹਨੂੰ ਸੀ ਵਾਕਿੰਗ ਫਰਨ ਬੋਲਦੀ ਹੈਗੀਆਂ ਠੀਕ ਹੈ ਕਿਉਂਕਿ ਜਿੱਦਾਂ ਇੱਕ ਫਰਨ ਇਥੇ ਗਰੋ ਕੀਤਾ ਉਹ ਫਰਨ ਦੀਆਂ ਜਿਹੜੀਆਂ ਬ੍ਰਾਂਚੀਜ਼ ਵਾਲਾ ਸਟਰਕਚਰ ਹੈ ਉਹ ਜ਼ਮੀਨ ਚ ਅੱਗੇ ਜਾਏਗਾ ਗਰੋ ਕਰਕੇ ਜ਼ਮੀਨ ਦੇ ਤੱਕ ਪਹੁੰਚੇਗਾ ਉਥੇ ਅਗਰ ਉਹ ਰੂਟਸ ਬਣਾ ਦਿੰਦਾ ਤਾਂ ਫਿਰ ਦੁਬਾਰਾ ਉਹ ਨਵਾਂ ਪਲਾਂਟ ਬਣ ਜਾਂਦਾ ਫਿਰ ਦੁਬਾਰਾ ਇੱਕ ਨਵਾਂ ਪਲਾਂਟ ਬਣ ਕੇ ਉੱਪਰ ਆ ਜਾਂਦਾ ਸੋ ਇਸ ਤਰੀਕੇ ਨਾਲ ਗਿਆ ਵਾਧਾ ਰਹਿੰਦਾ ਤਾਂ ਉਹਨੂੰ ਅਸੀਂ ਵਾਕਿੰਗ ਫਰਨ ਬੋਲ ਦਿੰਦੇ ਹਾਂ ਠੀਕ ਹੈ ਹੁਣ ਰੈਟਾਇਡੋਫਾਈਟਸ ਦੀ ਐਗਜ਼ਾਮਪਲਸ ਆਪਾਂ ਕਾਫੀ ਸਾਰੀਆਂ ਕੀਤੀਆਂ ਸੇਲੋਟਮ ਹੋ ਗਿਆ ਸਿਲਾਜੀਨੇਲਾ ਹੋ ਗਿਆ ਮਾਰ ড্রাই অপটেরিস ট্যারিস অ্যাজোলা ঠিক এ ਸਾਬੀ ਦੀਆਂ ਐਗਜ਼ਾਮਪਲਸ ਐ ਉਹ ਜਿਹੜਾ ਇਹ ਟੈਰੀਡੋਫਾਈਟ ਐ ਇਹਦੇ ਨਾਲ ਰਿਲੇਟਡ ਕੁਝ ਕੁਐਸ਼ਨਸ ਐ ਔਰ ਇਸ ਚੈਪਟਰ ਨੂੰ ਕੰਪਲੀਟ ਕਰਨ ਤੋਂ ਬਾਅਦ ਇਹਨਾਂ ਦੀ ਇੱਕ ਪ੍ਰੋਪਰ ਪਿਛਲੇ ਸਾਲਾਂ ਦੇ ਵਿੱਚ ਜੋ ਵੀ ਕੁਐਸ਼ਨ ਆਏ ਹੋਏ ਆ ਸਿਰਫ ਪlant kingdom ਚੋਂ ਹੀ ਆਪਾਂ ਇੱਕ ਵਾਰ ਉਹ ਵੀ ਡਿਸਕਸ ਕਰਾਂਗੇ ਸੋ ਬਾਕੀ ਕਰਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਦਾ ਵੀਡੀਓ